ਜਿਹੜਾ ਧਨੀ ਉਹਦਾ ਮੁੰਡਾ ਉਹ ਬੈਠਾ ਚੱਲ ਚੱਲ ਕਰੀਏ ਹਿਸਾਬ ਬਤਾ ਉਹਨੂੰ ਉਹ ਸ਼ਰਾ ਤੇਰਾ ਡੈਡੀ ਕਿੱਥੇ ਆ ਕੀ ਕੀ ਗੱਲ ਆ ਤੇ ਸਬਜੀ ਤੇਰੇ ਡੈਡੀ ਕੱਲ ਸਾਨੂੰ ਦੇ ਕੇ ਆਏ ਨਾ ਘਰੇ ਉਹ ਚ ਕੀੜੇ ਨਿਕਲੇ ਆ ਇਹ ਤਾਂ ਕਰਮਾ ਦੀ ਗੱਲ ਆ ਕੱਲ ਨੂੰ ਮੋਟਰਸਾਈਕਲ ਵੀ ਨਿਕਲ ਸਕਦਾ ਪਤਾ ਨਹੀਂ ਮੋਟਾ ਦਾ ਕਦੋਂ ਪੜਾ ਲੂੰਗਾ ਠੂਕਾ ਨੂਰ ਮੇਜ ਤੇ ਚਾਹ ਕੀ ਨੇ ਢੋਲੀ ਇਹਨੂੰ ਮਾਂ ਬੋਲੀ ਵਿੱਚ ਬਦਲੋ ਜੀ ਇਹ ਮਤਲਬ ਮੰਮੀ ਪਾਸੇ ਵਿੱਚ ਹਾਂ ਬੁੱਤ ਹਾਂ ਵੇਖ ਅੰਦਰਾ ਕਰਤਾ ਨਵੀਂ ਚਾਦਰ ਦਾ ਜਲੂਸ ਫਰਾਂਡ ਪੈ ਗਈ ਤੇ ਲੂ ਠੰਡਾ ਆਂਦ ਤੁਹਾਡੇ ਬੁੜੇ ਨੂੰ ਉਹ ਪੰਨੂ ਤੁਹਾਡੀਆਂ ਟੰਗਾ ਜਿੱਬੇ ਮੂੰਹ ਵਾਲਿਆ ਲੱਤਾ ਕੱਟ ਕਟਾਵਾਂ ਲੱਤਾ ਇੱਧਰ ਆ ਮੇਰੇ ਸਵਾਲ ਦਾ ਜਵਾਬ ਦੇ ਹਾਂਜੀ ਸਰ ਜੀ ਕੀਤੇ ਕਿਰਾਏ ਤੇ ਪਾਣੀ ਪਾ ਦੇਣਾ ਇਹਦਾ ਅਰਥ ਦੱਸ ਕੀ ਆ ਇਹਦਾ ਅਰਥ ਟੱਟੀ ਕਰਕੇ ਉੱਥੇ ਪਾਣੀ ਡੋਲ ਦੇਣਾ ਓ ਜਸਨੇ ਤੂੰ ਵੱਡੀ ਹੋ ਕੇ ਕੀ ਬਣੇਗੀ ਮੇਰੀ ਨਿੱਕੀ ਹੁੰਦੀ ਦਾ ਸੁਪਨਾ ਮੈਂ ਵੱਡੀ ਹੋ ਕੇ ਡਾਕਟਰ ਬਣਾ ਡਾਕਟਰ ਬਣ ਕੇ ਵੱਡੀਆਂ ਵੱਡੀਆਂ ਸੜਕਾਂ ਬਣਾਵਾ ਤੇ ਲੋਕ ਮੈਨੂੰ ਕਹਿਣ ਕੁੜੀ ਕਿੰਨਾ ਵਧੀਆ ਸੱਸ ਲੰਦੀ ਆ ਨੂਰ ਅੱਜ ਕੋਈ ਖੜਾ ਹੋ ਕੇ ਨਾ ਬੋਲੀ ਸੁਣਾ ਲੋ ਟੀਚਰ ਜੀ ਸੁਣਾਓ ਫਿਰ ਆਓ ਸੁਣਾਓ ਬੇਟਾ ਸੁਣਾਓ ਸੁਣਾਓ ਦੋ ਤਾਰਾ ਪਿੱਤਲ ਦੀਆਂ ਵਾਹ 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 ਦੋ ਤਾਰਾ ਪਿੱਤਲ ਦੀਆਂ ਵਾਹ 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 ਜਿਹੜਾ ਤੁਸੀਂ ਪੜ੍ਹਾਉਂਦੇ ਸਾਡੇ ਮੂੰਹ ਚੋਂ ਗਾਲਾਂ ਨਿਕਲਦੀਆਂ ਕੋਈ ਨਾ ਪੁੱਤ ਨਹੀਂ ਲਾਉਂਦੇ ਟੀਕਾ ਤੂੰ ਲੈ ਵੀ ਆ ਦਾਤਰੇ ਨੂੰ ਦੋ ਵਾਰੀ ਕਰਾ ਦਿਆ ਕਰੀ ਦਿਹਾੜੀ ਜਾਏਗਾ ਠੀਕ ਬਈ ਹਾਂ ਚਲੋ ਆ ਜਾਓ ਪੰਜ ਨੰਬਰ ਪੰਜ ਨੰਬਰ ਆ ਡਾਕਟਰ ਸਾਹਿਬ ਇਹਦੇ ਦੰਦ ਚੈੱਕ ਕਰਿਓ ਯਾਰ ਮੂੰਹ ਅੱਡ ਇਹਦੇ ਭਾਈ ਦੰਦ ਕੱਢਣੇ ਪੈਣੇ ਆ ਗੱਲ ਸੁਣ ਲੈ ਮੇਰੀ ਦੰਦ ਤਾਂ ਕੱਢ ਦੇ ਪਰ ਦੁੱਖ ਨਹੀਂ ਲੱਗਣਾ ਚਾਹੀਦਾ ਉਹ ਭਰਾਵਾ ਹੁਣ ਦੇ ਦੰਦ ਕਢਾਉਣੇ ਆ ਦੋਤਾ ਲੱਗੂ ਗਈ ਗੱਲਾਂ ਵੇਖ ਕੀ ਕਰਦੇ ਆ ਓਏ ਹੋ ਗਏ ਮੈਂ ਆਏ ਲੈ ਮੋਟੀ ਆ ਜਾ ਹਾਂ ਕੀ ਗੱਲ ਆ ਤੇ ਤੈਨੂੰ ਕੋਲ ਬਲਬ ਹੈਗਾ ਬਲਬ ਹਾਂ ਹੈਗਾ ਵਾ ਕੀ ਕਰਨਾ ਵਾ ਅੱਜ ਤੇ ਪਿਆ ਨੂੰ ਕਿਤੇ ਦਿਖਾ ਵੀ ਲਿਆ ਕਰ ਮੈਂ ਖੰਡ ਮੰਗੀ ਸੀ ਤੂੰ ਆਟਾ ਪਾਤਾ ਮੈਨੂੰ ਤਾਂ ਬਾਪੂ ਦਾ ਬਾਲਾ ਡਰ ਲੱਗ ਜਾਂਦਾ ਮੈਂ ਕੀ ਕਹੂੰਗਾ ਓ ਹਾਂ ਨੂਰ ਤੁਹਾਡਾ ਰਿਜ਼ਲਟ ਦਾ ਕੀ ਬਣਿਆ ਯਾਰ ਡਾਕਟਰ ਦਾ ਮੁੰਡਾ ਫੇਲ ਹੋ ਗਿਆ ਉਹ ਤਾਂ ਠੀਕ ਆ ਤੇਰੇ ਰਿਜ਼ਲਟ ਦਾ ਕੀ ਬਣਿਆ ਬਾਪੂ ਯਾਰ ਸਰਪੰਚ ਦੀ ਕੁੜੀ ਵੀ ਫੇਲ ਹੋ ਗਈ ਉਹ ਸਾਲਿਆ ਸਰਪੰਚ ਦਾ ਤੂੰ ਆਪਦਾ ਦੱਸ ਤੇਰਾ ਕੀ ਬਣਿਆ ਤੂੰ ਕਹਿੰਦਾ ਤੁਸੀਂ ਲੱਗਾ ਤੇਰੇ ਵਾਲਾ ਵੀ ਫੇਲ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਚੋੜੀਆਂ ਨਸਾਂ ਲਈ ਜ਼ਮੀਨ ਦੇ ਥੱਲੇ ਪੈ ਗਿਆ ਸੀ ਪਾਗਲ ਤੂੰ ਵੀ ਪਾਗਲ